ਵੈਲਕਮ ਪਿਆਰੇ ਨਾਜ਼ਰੀਨ, ਇੱਕ ਨਈ ਪੰਜਾਬੀ ਵੀਡੀਓ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਇਸ ਵੀਡੀਓ ਵਿੱਚ ਅਸੀਂ ਮੁਕੰਮਲ ਮਾਲੂਮਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਲ 1968 ਦੇ ਵਿੱਚ ਰਿਲੀਜ਼ ਹੋਣ ਵਾਲੀ ਪੰਜਾਬੀ ਸੁਪਰ ਹਿੱਟ ਫਿਲਮ ਚੰਨ ਮੱਖਣਾ। ਇਸ ਫਿਲਮ ਦੀ ਮੁਕੰਮਲ ਮਾਲੂਮਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਤੋਂ ਪਹਿਲੇ ਤੁਸੀਂ ਸਾਡੇ ਯੂਟਿਊਬ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ। ਪਿਆਰੇ ਨਾਜ਼ਰੀਨ, ਇਸ ਫਿਲਮ ਨੂੰ ਬੱਟੀ ਪਿਕਚਰਸ ਦੇ ਬੈਨਰ ਤਲੇ ਪੇਸ਼ ਕੀਤਾ ਗਿਆ। ਬਹੁਤ ਹੀ ਜ਼ਬਰਦਸਤ ਮੌਜੂ ਦੇ ਉੱਤੇ ਇਸ ਫਿਲਮ ਨੂੰ ਬਣਾਇਆ ਗਿਆ। ਇਸ ਫਿਲਮ ਦੇ ਵਿੱਚ ਲਾਲਾ ਸੁਧੀਰ ਅਤੇ ਅਨਾਇਤ ਹੁਸੈਨ ਭੱਟੀ ਸਾਹਿਬ ਨੇ ਟਾਈਟਲ ਰੋਲ ਨਿਭਾਇਆ। ਇਸ ਫਿਲਮ ਦੀ ਸਟੋਰੀ ਦੇ ਨਾਲ ਨਾਲ ਪਿਆਰੇ ਨਾਜ਼ਰੀਨ ਅਸੀਂ ਦੱਸਦੇ ਚੱਲੀਏ ਕਿ ਗੀਤ ਵੀ ਬਹੁਤ ਹੀ ਜ਼ਬਰਦਸਤ ਸਨ। ਬਹੁਤ ਹੀ ਖੂਬਸੂਰਤ ਅਤੇ ਪਿਆਰੇ ਪਿਆਰੇ ਗੀਤ ਸ਼ਾਮਿਲ ਕੀਤੇ ਗਏ। ਭੱਟੀ ਪਿਕਚਰਸ ਦੇ ਬੈਨਰ ਤਲੇ ਤਿਆਰ ਹੋਣ ਵਾਲੀ ਇਹ ਸੁਪਰ ਹਿੱਟ ਪੰਜਾਬੀ ਫਿਲਮ ਚੰਨ ਮੱਖਣਾ। ਇਸ ਫਿਲਮ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਖੂਬਸੂਰਤ ਗੀਤ ਸ਼ਾਮਿਲ ਕੀਤੇ ਗਏ। ਅਨਾਇਤ ਹੁਸੈਨ ਭੱਟੀ ਸਾਹਿਬ ਦਾ ਮਸ਼ਹੂਰ ਜ਼ਮਾਨਾ ਗੀਤ ਉਹ ਚੰਨ ਮੇਰੇ ਮੱਖਣਾ ਤਿਆਸ ਕੇ ਇੱਕ ਪਲ ਇੱਧਰ ਤੱਕਣਾ। ਇਸ ਫਿਲਮ ਦੇ ਹਦਾਇਤਕਾਰ ਕੈਫੀ ਸਾਹਿਬ ਸਨ ਅਤੇ ਫਿਲਮ ਸਾਜ਼ ਨਦੀਮ ਅਬਾਸ ਭੱਟੀ ਸਨ। ਇਸ ਫਿਲਮ ਦੀ ਕਹਾਣੀ ਦੀ ਅਗਰ ਗੱਲ ਕਰੀਏ ਤਾਂ ਅਜ਼ੀਮ ਕਾਦਰੀ ਹੋਰਾਂ ਇਸ ਫਿਲਮ ਦੀ ਕਹਾਣੀ ਲਿਖੀ। ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਮਿਊਜ਼ਿਕ ਬਾਬਾ ਜੀ ਏ ਚਿਸ਼ਤੀ ਨੇ ਤਰਤੀਬ ਦਿੱਤਾ ਅਤੇ ਅਜ਼ੀਮ ਕਾਦਰੀ ਸਾਹਿਬ ਦੇ ਲਿਖੇ ਹੋਏ ਗੀਤ ਇਸ ਫਿਲਮ ਦੇ ਵਿੱਚ ਸ਼ਾਮਿਲ ਕੀਤੇ ਗਏ। ਅਕਸਬੰਦੀ ਦਾ ਸਾਰਾ ਕੰਮ ਮਸੂਦ ਬਿਨ ਅਸਲਮ ਨੇ ਮੁਕੰਮਲ ਕੀਤਾ। ਮੈਡਮ ਨੂਰ ਜਹਾਂ, ਮਾਲਾ, ਨਸੀਮ ਬੇਗਮ ਅਤੇ ਅਨਾਇਤ ਹੁਸੈਨ ਭੱਟੀ ਦੀ ਆਵਾਜ਼ ਦੇ ਵਿੱਚ ਗੀਤ ਸ਼ਾਮਿਲ ਕੀਤੇ ਗਏ। ਹੁਣ ਜ਼ਿਕਰ ਕਰਾਂਗੇ ਇਸ ਫਿਲਮ ਦੇ ਵਿੱਚ ਜੋ ਖੂਬਸੂਰਤ ਚਿਹਰੇ ਸ਼ਾਮਿਲ ਕੀਤੇ ਗਏ। ਸੁਧੀਰ, ਰਾਨੀ, ਸੈਲੋਨੀ, ਅਨਾਇਤ ਹੁਸੈਨ ਭੱਟੀ, ਸਾਵਨ, ਅਸਦ ਬੁਖਾਰੀ, ਸ਼ੇਖ ਇਕਬਾਲ, ਸਲਮਾ ਮਮਤਾਜ਼, ਮਨਵਰ ਜ਼ਰੀਫ, ਰੰਗੀਲਾ, ਜ਼ੁਲਫੀ, ਰੋਜ਼ੀਨਾ, ਰਾਜਾ ਰਿਆਜ਼, ਜਾਨੀ, ਰਸ਼ੀਦ ਜ਼ਰੀਫ ਅਤੇ ਮਹਿਮਾਨ ਅਦਾਕਾਰ ਹਬੀਬ ਇਸ ਫਿਲਮ ਦੇ ਵਿੱਚ ਸ਼ਾਮਿਲ ਹੋਏ। ਇਸ ਫਿਲਮ ਦੇ ਵਿੱਚ 10 ਗੀਤ ਸ਼ਾਮਿਲ ਕੀਤੇ ਗਏ। ਬਹੁਤ ਹੀ ਜ਼ਬਰਦਸਤ ਅਤੇ ਖੂਬਸੂਰਤ ਗੀਤ ਸਨ। ਇਸ ਫਿਲਮ ਦੀ ਰਿਲੀਜ਼ਿੰਗ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਇਸ ਸੁਪਰ ਹਿੱਟ ਪੰਜਾਬੀ ਫਿਲਮ ਨੂੰ 9 ਫਰਵਰੀ 1968 ਜੁਮੇ ਵਾਲੇ ਦਿਨ ਰਿਲੀਜ਼ ਕੀਤਾ ਗਿਆ ਅਤੇ ਪੰਜਾਬ ਦੇ ਵਿੱਚ ਇਸ ਫਿਲਮ ਨੇ ਗੋਲਡਨ ਜੁਬਲੀ ਮੁਕੰਮਲ ਕੀਤੀ। 2 ਅਗਸਤ 1968 ਜੁਮੇ ਵਾਲੇ ਦਿਨ ਇਸ ਫਿਲਮ ਨੂੰ ਸਿੰਧ ਸਰਕਟ ਦੇ ਵਿੱਚ ਪੇਸ਼ ਕੀਤਾ ਗਿਆ। ਸਿੰਧ ਦੇ ਵਿੱਚ ਨਾਜ਼ਰੀਨ ਕਰਾਚੀ 'ਚ ਇਸ ਫਿਲਮ ਨੇ ਸਿਲਵਰ ਜੁਬਲੀ ਮੁਕੰਮਲ ਕੀਤੀ। ਵੀਡੀਓ ਅੱਛੀ ਲੱਗੀ ਤਾਂ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ। ਸ਼ੁਕਰੀਆ।